सत श्री अकाल जी सारिआं नूं। वधिया फार्म यूट्यूब चैनल तुहाडा स्वागत है जी। किसान वीरो, अज दे जिहड़े आपां वीडियो बना रहे हां, पिंड बसंतकोट, तहसील बटाला ते जिला गुरदासपुर, पहली वारी आपां इस घर दे विच तुहानूं वीडियो विखाउणी आ ते चार मझां दिखाउणियां, चारे दीआं चारे तुहानूं सूईआं दिखावांगे। दो मझां तुहानूं नीली दीआं दिखाउणियां ते दो तुहानूं जिहड़ियां दूसरियां कालियां मोहरां दीआं दिखावांगे। ते गल्लबात हुण आपां विधियां नाल करदे हां ते पुछदे हां सारी डिटेल। एक मगरा काफ़ी खूबसूरत नीली दी कट्टी भी आ। हाँ जी विधि, सत श्रीकाल जी। सत श्रीकाल जी। नाम दस दे करिए अपना। नाम सिद्धा ते गुरमुख सिंह जी, उदा लाडी व्यापारी जांदे। अच्छा, लाडी व्यापारी जरा पिंड च चलदा है ना। हाँ जी। कि अपना एड्रैस भी दस दे करी। एड्रैस ध्यान परदे लागे पिंड बसंतकोट आ। बसंतकोट आ। हाँ जी। तहसील डेरा बाबा नानक बटाला। हाँ जी हाँ जी। तहसील डेरा बाबा नानक ते जिला गुरदासपुर। हाँ जी। ते फोन नंबर बोल दे करी। 8184-5862। ठीक है जी। अपन नाल ही डाला चक भी लग जांदा, चट्ठा सीड़ा सारे पिंड अपन लग लगे। हां जी, तुसी जो भी अजीदा वा काले फगाने लो मी। ठीक है जी। ठीक डाले चक वालों मी, कोल दी वालों मी। ठीक है जी। ते फोन नंबर एक करी बोल दो अपना। 8184-5862। हां जी। 5462। ठीक है जी। व्यापार दा काम फिर अपना। हां जी हां जी, व्यापार। किन्ना चिर हो गया करदे ने? ਮੈਨੂੰ 13 ਸਾਲ ਹੋ ਗਏ। 13 ਸਾਲ ਹੋ ਗਏ। ਹਾਂ ਜੀ। ਠੀਕ ਹੈ। ਮੱਝਾਂ ਲਿਆਉਂਦੇ, ਗਾਵਾਂ ਵੀ? ਮੱਝਾਂ ਵੀ ਲਿਆਈਦੀਆਂ, ਗਾਵਾਂ ਵੀ ਲਿਆਈਆਂ, ਜਿਹੜੀ ਚੀਜ਼ ਲੱਭ ਜਾਏ ਨਾ ਲਿਆਈ ਦੀ। ਚਲੋ ਫਿਰ ਸ਼ੁਰੂਆਤ ਆਪਾਂ ਫਿਰ ਇੱਧਰੋਂ ਪਹਿਲੇ ਨੰਬਰ ਤੋਂ ਹੀ ਕਰਨੀ ਹੈ। ਇਹਨੂੰ ਖੋਲ ਲਈਏ। ਹਾਂ, ਥਣਾਂ ਦਾ ਸਾਈਜ਼ ਅਤੇ ਗੈਪ ਇਹਦਾ ਦੇਖ ਸਕਦੇ ਲਾਗੇ ਤੋਂ। ਕਿੰਨਾ ਕੁ ਚਿਰ ਹੋਇਆ ਵਿਧੀ ਨੂੰ ਸੂਈ ਨੂੰ? ਇਹਨੂੰ 8 ਦਿਨ ਹੋਏ ਜੇ। 8 ਦਿਨ ਹੋਏ ਆ। ਹਾਂ ਜੀ। ਅਤੇ ਸੂਆ ਕਿੰਨਵਾਂ ਚਿਰ ਆ? ਇਹ ਸੂਆ ਤੀਜੇ ਆਰ ਕੀ ਸੂਈ ਜੇ। ਤੀਸਰਾ ਸੂਈ ਆ। ਦੁੱਧ ਕਿੰਨਾ ਤਿਆਰ ਕਰ ਗਈ ਮੌਕੇ ਤੇ? ਦੁੱਧ ਹੁਣ 12 ਕੁ ਲੀਟਰ ਹੋਏਗਾ। ਤਿਆਰ ਬਿਲਕੁਲ? ਹਾਂ ਜੀ ਬਿਲਕੁਲ ਤਿਆਰ। ਦੋ ਟਾਈਮ ਚਵਾ ਕੇ? ਦੋ ਟਾਈਮ ਚਵਾ ਕੇ। ਕਿੰਨਾ ਕੁ ਚਵਾ ਜੂਗੀ ਇਹ? ਦੁੱਧ 14-15 ਲੀਟਰ ਕਰ ਜੂਗੀ। 14-15 ਲੀਟਰ ਕਰ ਜੂਗੀ। ਲਿਆ ਖੋਲੋ। ਹਾਂ ਫਿਰ ਤੋੜ ਦਈਏ। ਹਾਂ ਦੇਖ ਸਕਦੇ ਜੀ, ਦੁੱਧ ਮੌਕੇ 'ਤੇ ਜਿਹੜਾ 12 ਲੀਟਰ ਤਿਆਰ ਦੱਸਦੇ ਆ, ਬਾਕੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ। ਬਾਕੀ ਹਲੇ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਦੁਪਹਿਰ ਦਾ ਵਾ, ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਜਿਹੜੇ ਤਿਆਰ ਕਰੂਗੀਆਂ। ਆ ਜਾਓ ਵੀਰ ਜੀ, ਲੈ ਆਓ ਜੀ। ਚੰਗੇ ਭਾਰੇ ਪੱਲੇ ਦੀ ਮੱਝ ਆ ਜਿਹੜੀ ਹੈ ਵੀ, ਸਰੀਰੋਂ ਕਾਫ਼ੀ ਖੁੱਲ੍ਹੀ ਆ ਜੀ। ਅਤੇ ਕੀ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ ਆਪਾਂ? ਹਾਂਜੀ, ਮੁੱਲ 75 ਕਰਦੇ ਜੇ। ਅੱਛਾ, ਥੋੜ੍ਹਾ ਬਹੁਤਾ ਹੋ ਜਾਏਗਾ। ਅੱਛਾ, ਮਾਨ ਤਨ ਮੌਕੇ 'ਤੇ ਹੋ ਜਾਊਗਾ। ਹਾਂਜੀ ਹੋ ਜਾਏਗਾ। ਕੋਈ ਫੋਨ ਲਾਵੇ ਇੱਕ ਕਰੀ, ਹੈ ਨਾ? ਹਾਂਜੀ। ਅਤੇ ਦੁੱਧ 12 ਲੀਟਰ ਚਵਾ ਕੇ ਦਿਓਗੇ? ਚਵਾ ਕੇ 3 ਟਾਈਮ ਭਾਵੇਂ 4 ਟਾਈਮ ਚ ਹੋਏ। ਠੀਕ ਹੈ ਜੀ। ਅਤੇ ਮਗਰ ਇਹਦੇ ਕੱਟੀ ਆ ਗਈ, ਬੱਚੇ ਦਾ ਪਾ ਕੇ ਜੇ ਵਾ ਵੀ ਇਹ ਉਹਨਾਂ ਹੋਏ ਵੀ, ਤੁਸੀਂ ਆਖੋ ਵੀ ਬੱਚੇ ਦਾ ਕੱਢ ਕੇ, ਬੱਚੇ ਦਾ ਪਾ ਕੇ ਜੇ 12 ਲੀਟਰ। ਠੀਕ ਹੈ ਜੀ, ਬੱਚੇ ਦਾ ਪਾ ਕੇ, ਹੈ ਨਾ? ਅਤੇ ਆਹ ਕੱਟੀ ਜੇ ਮਗਰ? ਹਾਂਜੀ ਆਹ ਕੱਟੀ। ਅਤੇ ਇੱਕ ਆਹ ਵੀ ਕੱਟੀ ਆ ਗਈ ਜੇ? ਹਾਂਜੀ ਇਹ ਵੀ ਕੱਟੀ। ਇਹ ਵੀ ਨੀਲੀ ਦੀ ਕੱਟੀ ਜੇ। ਅਤੇ ਇਹਦਾ ਕਿੰਨਵਾਂ ਸੂਆ ਜੀ ਵੀਰ ਜੀ? ਇਹਦਾ ਦੂਜਾ ਜੀ। ਇਹਦਾ ਦੂਸਰਾ ਸੂਆ ਹੈ। ਤੋਰ ਦਿਓ ਇੱਕ ਵਾਰੀ ਇਹਨਾਂ ਵੀ। ਇਹ ਵੀ ਬਿੱਲੀਆਂ ਅੱਖਾਂ ਵਾਲੀ ਨੀਲੀ ਰਾਵੀ ਆ ਗਈ ਜਿਹੜੀ। ਤੋਰ ਦਿਓ ਇੱਕ ਵਾਰੀ, ਸਿੱਧੀ ਤੋਰ ਦਿਓ। ਹਾਂ ਦੇਖ ਸਕਦੇ, ਹਵਾਨਾ ਇਹਦਾ ਵੀ ਲੱਗ ਗਿਆ ਤਾਂ। ਬਾਕੀ ਕੋਈ ਵੀ ਮੱਝ ਹਲੇ ਥਣਾਂ 'ਚ ਨਹੀਂ ਹੈ ਕੋਈ ਵੀ ਉਹੋ ਜੀ। ਆ ਜਾਓ ਲੈ ਆਓ ਜੀ। ਦੋਵੇਂ ਹੀ ਅੱਖਾਂ ਜਿਹੜੀਆਂ ਇਹਦੀਆਂ ਬਿੱਲੀਆਂ। ਹਾਂਜੀ ਹਾਂਜੀ। ਤੇ ਨਿਸ਼ਾਨੀਆਂ ਜਿਹੜੀਆਂ ਇਹਦੇ ਸਾਰੇ ਆ, ਇਹ ਸਾਰੇ ਹੈਗੀਆਂ ਵਾ, ਕੁਰ ਵੀ ਚਿੱਟੇ ਆ ਤੇ ਆਪਣਾ ਨੀਲੀ ਆ, ਤੇ ਮਗਰ ਕੱਟੀ ਵੀ ਜਿਹੜੀ ਨੀਲੀ ਦੀ ਆ। ਇਹਨੂੰ ਅੱਜ ਚੌਥਾ ਦਿਨ ਸੂਈ ਨਹੀਂ ਹੁੰਦੀ। ਚੌਥਾ ਦਿਨ ਦੱਸਦੇ ਆ ਕਿ ਜਿਹੜਾ ਸੂਈ ਨੂੰ ਆ। ਹਾਂਜੀ। ਤੇ ਬਾਕੀ ਮਿਲਕਵੇਨ ਵੀ ਦੇਖ ਸਕਦੇ, ਇਹਦੇ ਵੀ ਚੰਗੇ ਤੇ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਆ। ਕਿੰਨਾ ਵਿਧੀ ਦੁੱਧ ਤਿਆਰ ਕਰ ਗਏ ਜੇ ਚੌਥੇ ਦਿਨ? ਜੇ ਬੋਲੇ ਤੇ ਜੇ ਬੋਲਾ ਹੋਏਗਾ 6-7 ਲੀਟਰ। ਅੱਛਾ। ਹਾਂਜੀ, 6-7 ਆਏਗੀ, 10-12 ਲੀਟਰ ਦੁੱਧ ਕੱਢੇਗੀ। ਅੱਛਾ, 10-12 ਲੀਟਰ ਦੁੱਧ ਕਰੀ ਜਾਊਗੀ। ਹਾਂਜੀ। ਤੇ ਇਹਦਾ ਕੀ ਮੁੱਲ ਜੀ? ਇਹਦਾ ਮੁੱਲ 65 ਕਰਦੇ, ਬਾਕੀ ਮਾਨਤਨ ਹੋ ਜਾਏਗਾ। ਅੱਛਾ, ਮਾਨਤਨ ਹੋ ਜਾਊਗਾ। ਹਾਂਜੀ। ਫੋਨ ਕੋਈ ਲਾਵੇ ਜ਼ਰੂਰ ਇੱਕ ਵਾਰੀ, ਹੈ ਨਾ? ਹਾਂਜੀ। ਮਾਨਤਨ ਮੌਕੇ 'ਤੇ ਵੀਰ ਜੀ ਹੋਣੀ ਕਹਿੰਦੇ ਕਿ ਕਰ ਦਾਂਗੇ। ਅਤੇ ਆਹ ਦੇਖ ਸਕਦੇ, ਤਾਜ਼ਾ ਹੀ ਬੱਚਾ ਵਾ ਜਿਹੜਾ ਬਿਲਕੁਲ। ਅਤੇ ਨਾੜੂ ਵੀ ਜਿਹੜਾ ਨਾਲ, ਹੁਣ ਤਾਂ ਜਿਹੜਾ ਟੁੱਟ ਗਿਆ ਵਾ, ਜਿਹੜਾ ਬਾਕੀ ਹੈਗਾ ਨਾਲ ਨਾਲ ਹੀ ਆ, ਨਾਲ ਥੋੜ੍ਹਾ ਜਿਹਾ ਚੜਦੀਆਂ ਚੁੱਟਦੀਆਂ ਰਹਿੰਦੀਆਂ। ਅਤੇ ਹੁਣ ਇੱਕ ਝੋਟੀ ਤੁਹਾਨੂੰ ਹੋਰ ਕਾਫ਼ੀ ਖੂਬਸੂਰਤ ਦਿਖਾਉਣੀ ਆ। ਇੱਕ ਆਹ ਹਵਾਨੇ ਦੇ ਨਾੜਾਂ ਇਹਦੀਆਂ ਇੱਕ ਵਾਰੀ ਦੇਖ ਸਕਦੇ ਲਾਗੇ ਤੋਂ, ਕਾਫ਼ੀ ਚੰਗੇ ਗੈਪ 'ਤੇ ਥਾਣੇ ਆ ਅਤੇ ਹਵਾਨੇ ਅਤੇ ਨਾੜਾਂ ਵੀ ਜਿਹੜੀਆਂ ਕਾਫ਼ੀ ਚੰਗੀਆਂ ਵਾ। ਇਹਦਾ ਕਿੰਨਵਾਂ ਸੂਆ ਜੇ ਵੀਰ ਜੀ? ਇਹਦਾ ਸੂਆ ਐਰਕਾਂ ਦੂਜੇ ਸੂਈ ਜੇ।
दूसरा सूआ एर की सूई है, पहले सूए वीर जी कहते कि उधरों आई है। ले जाओ एक दी तोड़ दो, थोड़ी लम्मी तोड़ दो। भवानी तो जड़िया नाड़ा सारे पास ही आ, ले आओ जी। बाकी काफ़ी खूबसूरत झोटी है जी, चेहरे के भी सिंगा की भी सोहनी है, तो कद काठ भी चंगा वा। बहनी वाले पास तो भी देख सकते, इधर भी हवाने तो नाड़ा जी काफ़ी सोहनिया आप देख सकते हैं। ये मगर बच्चा की आ गया, ये मगर कट्टा आ गया, आ वाला कट्टा जिहड़ा इहदा ਹੁਣ एक होर जी मज आ गई, ये मगर बच्चा की कट्टी आ गई, मगर भी मगर कट्टी जी। हाँ देख सकते जी पेठ कुड़े की भी जी काफ़ी चढ़ाई, ये परसों की सूई आ। ले जाओ एक करी तोड़ दौ, चंगे कद काठ दी आ, चंगे पेठ कुड़े की है जी। ये भी ले जाओ भी जी, एक सीधी ले जाओ, आज ले आओ जी। कद काठ भी जरा काफ़ी चंगा, भारे पले की मझ है जी। ये भी चार मझा वा, चार ही सूईया वा, इतने आ गया अपनी दो टाइम चवाई करके खड़ो, कोई तीन टाइम चवाई करके लै जी। ये तो अजय बोले से ही है जी, बिल्कुल ये भी परसों की सूई है। तो आ थना का साइज गैप जरा यदा भी लागे तो देख सकते जी, बाकी खलोती थोड़ी जी अगे पिछे, तो आ पिछे हवाना भी देख सकते जी। ਇਹਦੇ ਕੋਲ ਵੀਰ ਜੀ ਫਿਰ ਕਿੰਨਾ ਕੁ ਬੋਲਾ ਹੋਊਗਾ? ਇਹ ਬੋਲਾ 10 ਲੀਟਰ ਹੋਏਗਾ। ਅੱਛਾ, ਇਹਦੇ ਕੋਲ ਵੀ 10 ਲੀਟਰ ਬੋਲਾ ਤਿਆਰ ਆ। ਹਾਂਜੀ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗਾ? ਦੁੱਧ 16 ਲੀਟਰ ਚੁੰਦੇ ਰਹੇ ਜੀ। ਅੱਛਾ। ਹਾਂਜੀ। 16 ਲੀਟਰ। ਹੁਣ ਸੂਆ ਕਿੰਨਾ ਇਹਦਾ? ਇਹਦਾ ਸੂਆ ਤੀਜਾ ਜੀ। ਤੀਸਰਾ ਸੂਆ ਆ। ਤੇ ਇਹਦਾ ਕੀ ਮੁੱਲ ਰੱਖਣਾ ਜੀ ਫਿਰ? ਇਹਦਾ ਮੁੱਲ ਤੇ ਅਸੀਂ ਕਰਦੇ ਜੇ 75 ਦੀ ਦੇਣੀ ਹੈ। ਅੱਛਾ, ਇਹ ਵੀ 75 ਦੀ ਦੇਣੀ ਹੈ। ਹਾਂਜੀ। ਠੀਕ ਹੈ ਜੀ। ਜੇ ਕੋਈ ਜੋੜਾ ਖੜੂਗਾ ਮਾਨਤਾ ਨਾਲ ਹੋਰ ਕਰ ਦੋਗੇ? ਹੋ ਜਾਏਗਾ ਥੋੜਾ ਬੋਲਾ। ਠੀਕ ਹੈ ਜੀ। ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਫਿਰ? बस बाकी अपनी कोई इतने आके चवाई करके तसली करके खड़े हैं। ठीक है वीर जी, बहुत बहुत धन्यवाद जी। बाकी कोई वीर आवे इतने अपनी तसली करे, अपनी समझ से अपनी जिम्मेदारी से वेच चाख के पशु खड़े जी। हाँ जी दोस्तों, वीडियो ने पूरा देखने लिए बहुत बहुत धन्यवाद जी।